ਸੱਜਣ ਪਿਆਰੇ ਹੋ ਅਤੇ ਮਾਂ ਦੇ ਦੁਲਾਰੇ ਹੋ। ਮੈਂ ਤੁਹਾਡਾ ਆਪਣਾ ਬਲਵਿੰਦਰ ਲੱਖੇਵਾਲੀ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਮਨਪਸੰਦੀਦਾ ਪ੍ਰੋਗਰਾਮ ਦ ਟ੍ਰੀ ਟਾਕ ਯਾਨੀ ਬਿਰਖ ਬਾਤ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਉਸ ਫਲਦਾਰ ਰੁੱਖ ਦੀ ਜਿਹਨੂੰ ਗੋਰੇ ਡੈਜ਼ਰਟ ਐਪਲ ਕਹਿੰਦੇ ਨੇ ਅਤੇ ਅਸੀਂ ਮਾਤ ਭਾਸ਼ਾ ਦੇ ਵਿੱਚ ਗਰੀਬਾਂ ਦਾ ਸੇਬ ਕਹਿੰਦੇ ਹਾਂ। ਮੇਰੀ ਮੁਰਾਦ ਬੇਰ। ਦੋਸਤੋ, ਜਦੋਂ ਵੀ ਅਸੀਂ ਬੇਰ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਗੱਲ ਕਰਨੀ ਬਣਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਦਰਜ ਹੈ ਤਾਂ ਭਗਤ ਕਬੀਰ ਜੀ ਨੇ ਫਰਮਾਇਆ ਕਿ ਕਬੀਰ ਮਾਰੀ ਮਰਿਓ ਕਸੰਗ ਕੀ ਕੇਲੇ ਨਿਕਟ ਜੋ ਬੇਰ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਸਿੱਖ ਇਤਿਹਾਸ ਦੇ ਪੰਨੇ ਫਰੋਲਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਸਾਹਮਣੇ ਤਿੰਨ ਜਿਹੜੀਆਂ ਇਤਿਹਾਸਕ ਬੇਰੀਆਂ ਨੇ ਜਿਹੜੀਆਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸੁਸ਼ੋਭਿਤ ਨੇ। ਮੇਰਾ ਕਹਿਣ ਤੋਂ ਭਾਵ ਹੈ ਦੁੱਖ ਭੰਜਨੀ ਬੇਰੀ, ਲਾਠੀ ਬੇਰੀ ਅਤੇ ਬੇਰ ਬਾਬਾ ਬੁੱਢਾ ਸਾਹਿਬ। ਬੇਰ ਬਾਬਾ ਬੁੱਢਾ ਸਾਹਿਬ ਜਿਸ ਦੀ ਉਮਰ 400 ਸਾਲ ਤੋਂ ਵੀ ਵੱਧ ਹੋਣ ਕਾਰਨ ਜਿਹੜਾ ਭਾਰਤ ਦਾ ਸਭ ਤੋਂ ਜਿਹੜਾ ਪੁਰਾਣਾ ਜਿਹੜਾ ਬੇਰ ਦਾ ਰੁੱਖ ਮੰਨਿਆ ਜਾਂਦਾ। ਅਤੇ ਇਸ ਤੋਂ ਬਾਅਦ ਜੇ ਅਸੀਂ ਦੇਖਦੇ ਹਾਂ ਪਹਿਲੀ ਪਾਤਸ਼ਾਹੀ ਨੇ ਉਹਨਾਂ ਨਾਲ ਸੰਬੰਧਿਤ ਜਿਹੜੇ ਬੇਰ ਦੇ ਰੁੱਖ ਨੇ ਤਾਂ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ ਕਿ ਜਦੋਂ ਪਹਿਲੀ ਪਾਤਸ਼ਾਹੀ ਸੁਲਤਾਨਪੁਰ ਲੋਧੀ ਵੇਈ ਦੇ ਕੰਢੇ ਵਿਸ਼ਰਾਮ ਕਰਦੇ ਸੀ ਤਾਂ ਉਹ ਬੇਰੀ ਦੇ ਰੁੱਖ ਥੱਲੇ ਕਰਦੇ ਸੀ ਅਤੇ ਜਿੱਥੇ ਹੁਣ ਅੱਜ ਕੱਲ੍ਹ ਗੁਰਦੁਆਰਾ ਜਿਹੜਾ ਬੇਰੀ ਸਾਹਿਬ ਜਾਂ ਬੇਰ ਸਾਹਿਬ ਸੁਸ਼ੋਭਿਤ ਹੈ। ਦੂਸਰੇ ਨੰਬਰ 'ਤੇ ਜਿਹੜਾ ਜ਼ਿਕਰ ਆਉਂਦਾ ਪਾਕਿਸਤਾਨ ਦੇ ਵਿੱਚ ਸਿਆਲਕੋਟ ਦੇ ਵਿੱਚ ਗੁਰਦੁਆਰਾ ਬੇਰੀ ਸਾਹਿਬ ਸੁਸ਼ੋਭਿਤ ਹੈ। ਤੀਸਰੇ ਨੰਬਰ 'ਤੇ ਜਿਹੜਾ ਜ਼ਿਕਰ ਆਉਂਦਾ ਗੁਰਦੁਆਰਾ ਅਚਲ ਸਾਹਿਬ ਜਿੱਥੇ ਬੇਰੀ ਦੇ ਰੁੱਖ ਥੱਲੇ ਬੈਠ ਕੇ ਪਹਿਲੀ ਪਾਤਸ਼ਾਹੀ ਨੇ ਸਿੱਧਾਂ ਨਾਲ ਗੋਸ਼ਟੀ ਕੀਤੀ ਸੀ। ਪਹਿਲੀ ਪਾਤਸ਼ਾਹੀ ਤੋਂ ਬਾਅਦ ਫਿਰ ਛੇਵੀਂ ਪਾਤਸ਼ਾਹੀ ਅਤੇ ਦਸਵੀਂ ਪਾਤਸ਼ਾਹੀ ਨਾਲ ਸੰਬੰਧਿਤ ਕਈ ਧਾਰਮਿਕ ਸਥਾਨ ਨੇ ਜਿੱਥੇ ਬੇਰੀਆਂ ਦੇ ਜਾਂ ਬੇਰਾਂ ਦੇ ਰੁੱਖ ਮੌਜੂਦ ਨੇ। ਅਤੇ ਜਦੋਂ ਅਸੀਂ ਹਿੰਦੂ ਮਿਥਿਹਾਸ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਜਿਹੜਾ ਬੇਰੀ ਦਾ ਬੜਾ ਅਹਿਮ ਰੋਲ ਆ ਜਾਂ ਜ਼ਿਕਰ ਹੈ। ਸਭ ਤੋਂ ਪਹਿਲਾਂ ਤਾਂ ਜਿਹੜੀ ਭੀਲੜੀ ਦੀ ਜਿਹੜੀ ਗਾਥਾ ਆਉਂਦੀ ਹੈ ਸਿੱਖ ਜਿਹੜਾ ਹਿੰਦੂ ਮਿਥਿਹਾਸ ਦੇ ਵਿੱਚ ਕਿ ਸ਼੍ਰੀ ਰਾਮ ਚੰਦਰ ਜੀ ਨੂੰ ਭੀਲੜੀ ਨੇ ਜਿਹੜੇ ਬੇਰ ਭੇਂਟ ਕੀਤੇ ਸੀ। ਅਤੇ ਉਸ ਤੋਂ ਬਾਅਦ ਫਿਰ ਜ਼ਿਕਰ ਆਉਂਦਾ ਹਿੰਦੂ ਮਿਥਿਹਾਸ ਦੇ ਵਿੱਚ ਕਿ ਜਿਹੜੇ ਸ਼ਿਵਜੀ ਮਹਾਰਾਜ ਜੀ ਨੇ ਉਹਨਾਂ ਦਾ ਜਿਹੜਾ ਬੇਰ ਹੈ ਇਹ ਮਨਪਸੰਦ ਦਾ ਜਿਹੜਾ ਫਲ ਮੰਨਿਆ ਜਾਂਦਾ ਹੈ। ਜੇ ਅਸੀਂ ਸਾਹਿਤਕ ਪੱਖ ਦੀ ਗੱਲ ਕਰਦੇ ਹਾਂ ਤਾਂ ਸਾਡੀਆਂ ਲੋਕ ਬੋਲੀਆਂ, ਲੋਕ ਗੀਤਾਂ ਜਿਹੜੀਆਂ ਬੜੀਆਂ ਤੁਕਾਂ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਬੇਰੀ ਦਾ ਜ਼ਿਕਰ ਅਕਸਰ ਸਾਨੂੰ ਵੇਖਣ ਨੂੰ ਆਉਂਦਾ ਜਾਂ ਸੁਣਦੇ ਹਾਂ ਅਸੀਂ, ਜਿੱਦਾਂ ਨੀਮ ਬੇਰੀਆਂ ਤੋਂ ਬੇਰ ਲਿਆਇਆ, ਭਾਬੀ ਤੇਰੀ ਗੱਲ ਵਰਗਾ। ਸੋ ਦੋਸਤੋ, ਜਦੋਂ ਅਸੀਂ ਬੇਰ ਦੀ ਗੱਲ ਕਰਦੇ ਹਾਂ ਜਿਹੜਾ ਬੇਰ ਦਾ ਫਲ ਹੈ ਇਹ ਮਨੁੱਖਾਂ ਦੇ ਨਾਲ ਨਾਲ ਜਿਹੜੇ ਤੋਤੇ ਆ ਉਹ ਵੀ ਬਹੁਤ ਖਾਣਾ ਪਸੰਦ ਕਰਦੇ ਆ। ਕਈ ਤਰ੍ਹਾਂ ਦੇ ਜਿਹੜੇ ਪੰਛੀ ਆ ਤੁਹਾਨੂੰ ਬੇਰੀਆਂ ਦੇ ਰੁੱਖਾਂ 'ਤੇ ਜਿਹੜੇ ਮਿਲਦੇ ਆ ਜਾਂ ਜਿੱਥੇ ਬੇਰੀਆਂ ਲੱਗੀਆਂ ਹੁੰਦੀਆਂ ਉੱਥੋਂ ਆਵਾਜ਼ਾਂ ਆਉਂਦੀਆਂ ਨੇ ਤਾਂ ਜੋ ਪੰਛੀਆਂ ਨੂੰ ਉਡਾਉਣਾ ਪਸੰਦ ਕਰਦੇ ਆ ਕਿ ਉਹਨਾਂ ਦੇ ਝਾੜ 'ਚ ਫਰਕ ਨਾ ਪਵੇ। ਜਿਹੜਾ ਫਲ ਹੈ, ਫਲ ਨੂੰ ਜਿਹੜਾ ਖਾਣ ਤੋਂ ਇਲਾਵਾ ਸਿੱਧੇ ਤੌਰ 'ਤੇ ਖਾਣ ਤੋਂ ਇਲਾਵਾ ਇਹਦੇ ਕਈ ਉਤਪਾਦ ਨੇ ਜਿਹੜੇ ਲੋਕ ਬਣਾਉਂਦੇ ਆ। ਇਹਦੇ ਤੋਂ ਅਚਾਰ ਵੀ ਕਈ ਲੋਕ ਪਾ ਲੈਂਦੇ ਆ, ਮੁਰੱਬਾ ਬਣਾਉਂਦੇ ਆ, ਚਟਨੀ ਬਣਾਉਂਦੇ ਆ। ਸੋ ਇਹਨੂੰ ਕਈ ਤਰੀਕਿਆਂ ਨਾਲ ਘਰਾਂ ਦੇ ਵਿੱਚ ਯੂਜ਼ ਕੀਤਾ ਜਾਂਦਾ। ਦੋਸਤੋ, ਜਦੋਂ ਅਸੀਂ ਜਿਹੜਾ ਬੇਰੀ ਦਾ ਰੁੱਖ ਦੇਖਦੇ ਹਾਂ ਤਾਂ ਇਹਦਾ ਜਿਹੜਾ ਤਣਾ ਇਹਨੂੰ ਜੇ ਤੁਸੀਂ ਤਣੇ ਨੂੰ ਧਿਆਨ ਨਾਲ ਦੇਖੋ ਤਾਂ ਆਰਟਿਸਟ ਦੀ ਅੱਖ ਨਾਲ ਦੇਖੋ ਤਾਂ ਇਹਦਾ ਤਣਾ ਬੜਾ ਖੂਬਸੂਰਤ ਹੁੰਦਾ, ਇਹਦੇ 'ਚ ਬੜੇ ਡੂੰਘੇ ਕਟਾਅ ਹੁੰਦੇ ਆ। ਪੱਤਿਆਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗਾ ਕਿ ਇਸ ਦੇ ਪੱਤੇ ਜਿਹੜੇ ਉੱਪਰੋਂ ਗੂੜੇ ਰੰਗ ਦੇ ਹੁੰਦੇ ਆ ਅਤੇ ਪਿਛਲੇ ਪਾਸੇ ਤੋਂ ਇਹਦਾ ਜਿਹੜਾ ਸਫੇਦ ਅਤੇ ਸਲੇਟੀ ਰੰਗ ਦਾ ਮਿਕਸਚਰ ਜਿਹਾ ਹੁੰਦਾ। ਅੱਛਾ, ਬੇਰੀ ਦੇ ਇੱਕ ਖਾਸ ਜਿਹੜੀ ਅਹਿਮੀਅਤ ਇਹ ਆ, ਅਹਿਮੀਅਤ ਕਹਿ ਲਈਏ ਜਾਂ ਖਾਸ ਇੱਕ ਇਹਦਾ ਕਰੈਕਟਰ ਆ ਕਿ ਇਹਦੇ 'ਤੇ ਕੰਢੇ ਬਹੁਤ ਹੁੰਦੇ ਆ ਅਤੇ ਇਹ ਕੰਢੇ ਉਦੋਂ ਪਤਾ ਹੀ ਨਹੀਂ ਲੱਗਦਾ ਕਦੋਂ ਤੁਸੀਂ ਬੇਰ ਤੋੜਨ ਲੱਗਦੇ ਹੋ ਅਤੇ ਤੁਹਾਡੇ ਕਦੋਂ ਇਹ ਕੰਢਾ ਚੁੱਭ ਜਾਂਦਾ। ਅਤੇ ਬੇਰ ਦੇ ਜਿਹੜੇ ਫਲ ਅਤੇ ਜਿਹੜੇ ਫੁੱਲ ਹੈ, ਇਹਦੇ ਜਿਹੜੇ ਪੱਤੇ ਆ, ਇਹਦਾ ਜਿਹੜਾ ਉਪਯੋਗ ਹੈ ਖਾਸ ਤੌਰ 'ਤੇ ਚਾਈਨਾ ਦੇ ਲੋਕ ਅਤੇ ਜੈਪਨੀਜ਼ ਲੋਕ, ਜਪਾਨੀ ਜਿਹੜੀ ਇਲਾਜ ਪ੍ਰਣਾਲੀ ਆ, ਮਨੁੱਖੀ ਇਲਾਜ ਪ੍ਰਣਾਲੀ ਆ, ਉਹਦੇ ਵਿੱਚ ਖਾਸ ਤੌਰ 'ਤੇ ਉਪਯੋਗ ਵਿੱਚ ਉਹ ਲੈ ਕੇ ਆਉਂਦੇ ਆ। ਪਾਰਟੀਕੁਲਰਲੀ ਖਾਸ ਤੌਰ 'ਤੇ ਜਿਹੜੀਆਂ ਇਹਦੀਆਂ ਜੜ੍ਹਾਂ ਨੇ, ਇਹਦੀਆਂ ਜੜ੍ਹਾਂ ਤੋਂ ਕਈ ਦਵਾਈਆਂ ਦੇ ਜਿਹੜੇ ਵੈਦਿਕ ਜਿਹੜੇ ਨੁਸਖੇ ਆ ਉਹ ਤਿਆਰ ਕੀਤੇ ਜਾਂਦੇ ਆ। ਇਹਦੇ 'ਚ ਪੱਤਿਆਂ ਦੀ ਮੈਂ ਜਿੱਦਾਂ ਪਹਿਲਾਂ ਗੱਲ ਕਰ ਰਿਹਾ ਸੀ ਅਤੇ ਕਈ ਲੋਕ ਇਹਦੇ ਪੱਤਿਆਂ ਦੇ ਉੱਪਰ ਜਿਹੜੇ ਲਾਖ ਦੇ ਕੀੜੇ ਜਿਹੜਾ ਪਾਲਦੇ ਆ ਉਹਦੇ ਕੰਮ ਲਈ ਵੀ ਕਾਫੀ ਇਹਨਾਂ ਨੂੰ ਵਰਤਿਆ ਜਾਂਦਾ। ਪਹਿਲਾਂ ਪਹਿਲ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਬੇਰੀਆਂ ਦੇ ਜਿਹੜੇ ਰੁੱਖ ਸੀਗੇ ਇਹ ਸਿਰਫ ਜੰਗਲੀ ਰੂਪ 'ਚ ਪਾਏ ਜਾਂਦੇ ਸੀ ਅਤੇ ਪੰਛੀਆਂ ਅਤੇ ਜਾਨਵਰਾਂ ਦੇ ਮਲ ਤਿਆਗ ਰਾਹੀਂ ਇਹਨਾਂ ਦਾ ਵਾਧਾ ਹੁੰਦਾ ਸੀ। ਜਿਵੇਂ ਜਿਵੇਂ ਸਾਇੰਸ ਤਰੱਕੀ ਕਰਦੀ ਗਈ, ਪਿਉਂਦੀ ਬੇਰਾਂ ਦਾ ਜਿਹੜਾ ਰੁਝਾਨ ਸਾਡੇ ਕੋਲ ਪਹੁੰਚ ਗਿਆ, ਪਿਉਂਦੀ ਬੇਰਾਂ ਦੇ ਚੱਲਦਿਆਂ ਜਿਹੜਾ ਕੁਛ ਲੋਕ ਜਿਹੜੇ ਕਿਸਾਨ ਨੇ ਇਹਨੂੰ ਖੇਤੀ ਵਜੋਂ ਵੀ ਅਪਣਾਉਂਦੇ ਆ, ਉਹਨਾਂ ਦੀ ਆਮਦਨ ਦਾ ਜਿਹੜਾ ਸਬੱਬ ਬਣਦਾ ਕਿਉਂਕਿ ਜਿਹੜੀਆਂ ਖੁਸ਼ਕ ਜ਼ਮੀਨਾਂ ਨੇ ਅਤੇ ਜਿੱਥੇ ਗਰਮ ਇਲਾਕੇ ਨੇ ਉੱਥੇ ਜਿਹੜੇ ਲੋਕ ਬੇਰੀ ਨੂੰ ਕਮਰਸ਼ੀਅਲ ਕਰੋਪ ਵਜੋਂ ਵੀ ਲਾਉਂਦੇ ਆ ਅਤੇ
ਪਿਉਂਦੀ ਬੇਰਾਂ ਦੇ ਵਿੱਚ ਖਾਸ ਤੌਰ 'ਤੇ ਜਿਹੜੀ ਉਮਰਾਨ ਵਰਾਇਟੀ ਆ, ਹਾਲਾਂਕਿ ਪਿੱਛੇ ਜੇ ਜਿਹੜੀ ਇੱਕ ਵਿਲਾਇਤੀ ਕਿਸਮ ਵੀ ਇਹਦੀ ਆਈ ਸੀ, ਪਰ ਉਮਰਾਨ ਨੂੰ ਹਜੇ ਵੀ ਲੋਕ ਜਿਹੜਾ ਉਮਰਾਨ ਨੂੰ ਲਾਉਣਾ ਜ਼ਿਆਦਾ ਪਸੰਦ ਕਰਦੇ ਆ। ਅਤੇ ਜਿਹੜੇ ਸੱਜਣ ਬੇਲੀ ਬੇਰੀ ਨੂੰ ਆਪਣੇ ਘਰਾਂ ਦਾ, ਆਪਣੇ ਖੇਤਾਂ 'ਚ ਜਾਂ ਖੁੱਲ੍ਹੇ ਸਥਾਨਾਂ ਦਾ ਜਿਹੜਾ ਸ਼ਿੰਗਾਰ ਬਣਾਉਣਾ ਚਾਹੁੰਦੇ ਆ, ਤਾਂ ਉਹ ਇਹਨੂੰ ਜਿਹੜੇ ਪਿਉਂਦੀ ਬੇਰਾਂ ਨੂੰ ਲਾਉਣ ਦਾ ਜਿਹੜਾ ਢੁੱਕਵਾਂ ਸਮਾਂ ਸਾਡੇ ਜਾਂ ਤਾਂ ਫਰਵਰੀ ਮਾਰਚ ਦਾ ਹੁੰਦਾ ਜਾਂ ਫਿਰ ਬਰਸਾਤ ਰੁੱਤ ਦੇ ਵਿੱਚ ਜਿਹੜਾ ਅਗਸਤ ਸਤੰਬਰ ਦੇ ਵਿੱਚ ਇਹਨੂੰ ਬਾਖੂਬੀ ਸਾਡੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਇਹਨੂੰ ਲਾਇਆ ਜਾ ਸਕਦਾ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਇਹ 550 ਸਾਲਾਂ ਜਿਹੜਾ ਸਾਲ ਚੱਲ ਰਿਹਾ, ਇਹਦੇ 'ਤੇ ਆਪਾਂ ਵੱਧ ਤੋਂ ਵੱਧ ਖਾਸ ਤੌਰ 'ਤੇ ਵਿਰਾਸਤੀ ਰੁੱਖਾਂ ਨੂੰ ਤਰਜੀਹ ਦੇਈਏ। ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਆਪ ਤੋਂ ਇਜਾਜ਼ਤ ਲਊਂਗਾ। ਹੋਰ ਵੰਨ ਸੁਵੰਨੀਆਂ ਜਿਹੜੇ ਰੁੱਖਾਂ ਦੀਆਂ ਵੀਡੀਓ ਦੇਖਣ ਲਈ ਤੁਸੀਂ ਈਕੋ ਸਿੱਖ ਦੇ ਜਿਹੜੇ ਪੇਜ 'ਤੇ ਜਾ ਕੇ ਸਾਡੀ ਜਿਹੜੀ ਵੀਡੀਓ ਸੀਰੀਜ਼ ਚੱਲ ਰਹੀਆਂ ਨੇ ਬਿਰਖ ਬਾਤ ਦ ਟ੍ਰੀ ਟੋਕ, ਉਹਦੀਆਂ ਹੋਰ ਵੀ ਐਪੀਸੋਡ ਤੁਸੀਂ ਦੇਖ ਕੇ ਵੱਧ ਤੋਂ ਵੱਧ ਜਾਣਕਾਰੀ ਲੈ ਸਕਦੇ ਹੋ। ਅਤੇ ਉਮੀਦ ਕਰੂੰਗਾ ਕਿ ਜੇ ਤੁਹਾਨੂੰ ਇਹ ਵੀਡੀਓ ਸਾਡੀ ਸੋਹਣੀ ਲੱਗੀ ਆ ਤਾਂ ਇਹਨੂੰ ਤੁਸੀਂ ਲਾਈਕ ਵੀ ਕਰੋਗੇ, ਸ਼ੇਅਰ ਵੀ ਕਰੋਗੇ। ਇੰਨੀਆਂ ਗੱਲਾਂ ਕਹਿੰਦਾ ਹੋਇਆ ਕੀਪ ਸਮਾਈਲਿੰਗ, ਹੱਸਦੇ ਰਹੋ, ਮੁਸਕਰਾਉਂਦੇ ਰਹੋ, ਵੰਨ ਸੁਵੰਨੇ ਫੁੱਲ ਬੂਟੇ ਪਾਉਂਦੇ ਰਹੋ ਅਤੇ ਪਹਿਲਾਂ ਲੱਗਿਆਂ ਨੂੰ ਬਚਾਉਂਦੇ ਰਹੋ। ਰੱਬ ਰਾਖਾ, ਧੰਨਵਾਦ।